ਤੇ ਵਾਪਸ ਤੁਹਾਡਾ ਸਵਾਗਤ ਹੈਗਾ ਮੈਂ ਹਾਂ ਗੁਰਮੀਤ ਸੋਢੀ ਅੱਜ ਜਸਬੀਨਾ ਆਲੂਵਾਲੀਆ ਨਾਲ ਅਸੀਂ ਗੱਲ ਕਰ ਰਹੇ ਹਾਂ ਵਿਦ ਇੰਟਰਸੈਕਸ਼ਨਸ ਮੈਚ ਮੇਕਿੰਗ ਨਾ ਜਸਬੀਨਾ ਇੱਕ ਕੁਐਸਚਨ ਹੋਰ ਹੈਗਾ ਜਦੋਂ ਤੁਸੀਂ ਮੁੰਡੇ ਕੁੜੀਆਂ ਨੂੰ ਇੰਟਰੋਡਿਊਸ ਕਰਾਉਂਦੇ ਹੋ ਓਕੇ ਸਪੋਜ਼ ਅਗਰ ਕੁੜੀ ਹੈਗੀ ਨਿਊਯਾਰਕ ਅੰਦਰ ਔਰ ਮੁੰਡਾ ਹੈਗਾ ਸੈਨ ਫਰਾਂਸਿਸਕੋ ਅੰਦਰ ਯੂ ਨੋ ਆਪੋਜ਼ਿਟ ਐਂਡਸ ਹੈਗੇ ਤੁਸੀਂ ਕਿਹਾ ਸੀਗਾ ਕਿ ਤੁਸੀਂ ਔਨਲਾਈਨ ਇਟਸ ਰੀਅਲੀ ਔਨਲਾਈਨ ਸਰਵਿਸਿਜ਼ ਨਹੀਂ ਹੈਗੀਆਂ ਕਿਉਂਕਿ ਤੁਸੀਂ ਪਰਸਨਲਾਈਜ਼ ਟੱਚ ਦੇ ਰਹੇ ਹੋ ਅਤੇ ਤੁਸੀਂ ਫਿਰ ਇਸ ਇਹਨਾਂ ਨੂੰ ਕਿਸ ਤਰ੍ਹਾਂ ਕਨੈਕਟ ਕਰਦੇ ਹੋ ਹਾਊ ਡੂ ਯੂ ਡੂ ਦੈਟ ਕੋਈ ਇਵੈਂਟ ਹੁੰਦਾ ਜਿਸੇ ਤੁਸੀਂ ਦੱਸਦੇ ਹੋ ਉਹਨਾਂ ਨੂੰ ਕਿ ਇਸ ਤਰ੍ਹਾਂ ਕੋਈ ਇਵੈਂਟ ਹੋਣ ਵਾਲਾ ਹੈਗਾ ਤੁਸੀਂ ਉੱਥੇ ਆ ਕੇ ਮਿਲ ਲਓ ਹਾਊ ਡਜ਼ ਇਟ ਵਰਕ ਜਾਂ ਤੁਸੀਂ ਉਹਨਾਂ ਨੂੰ ਈਮੇਲਸ ਐਕਸਚੇਂਜ ਕਰਨ ਨੂੰ ਦਿੰਦੇ ਹੋ ਹਾਂ ਸੋ ਇਵੈਂਟ ਨੋ ਸੋ ਯੂ ਨੋ ਵੀ ਬਿਲੀਵ ਇਨ ਦ ਵਨ ਔਨ ਵਨ ਇੰਟਰੈਕਸ਼ਨ ਬਿਟਵੀਨ ਦੋਜ਼ ਟੂ ਪੀਪਲ ਐਜ਼ ਅ ਸਟਾਰਟਿੰਗ ਪੁਆਇੰਟ ਓਕੇ ਸੋ ਦ ਫਰਸਟ ਥਿੰਗ ਵੁੱਡ ਬੀ ਸਮ ਆਫ ਆਰ ਕਲਾਇੰਟਸ are happy to actually even travel that great distance coast to coast for that first meeting. Okay. Some of our clients would prefer for a first meeting like mm-hmm. that to do it via via the internet, Skype, video conferencing okay. in that sense. You know, where they see the person as opposed to just being email where they actually see the person and they're able to converse, so it's that way. So it's a mixture. Some people, like I said, some of our clients travel, they're bi-coastal, they you know, they might be traveling for business, mm-hmm. you know, they might be based in New York but travel for business oftentimes to California, and that's why they're open to meeting someone in that other city. So it is quite variable in that way. It's all up to the client what their preference is. Okay. Just being at sanu dass rahe ge ki jadon agar suppose ਕੋਈ ਮੁੰਡਾ ਜਾਂ ਕੁੜੀ ਨਿਊਯਾਰਕ ਔਰ ਸੈਨ ਫਰਾਂਸਿਸਕੋ ਅੰਦਰ ਹੈਗੇ ਇਤਨੀ ਦੂਰ ਬੈਠੇ ਹੈਗੇ ਫਿਰ ਵੀ ਉਹਨਾਂ ਨੂੰ ਕਨੈਕਟ ਕਿਸ ਤਰ੍ਹਾਂ ਕਰਾਉਣਾ ਹੈ ਅਤੇ ਕਈਆਂ ਦਾ ਹੁੰਦਾ ਹੈਗਾ ਕਿ ਕਿਤੇ ਬਿਜ਼ਨਸ ਰੀਜ਼ਨਸ ਵਾਸਤੇ ਅਗਰ ਉਹ ਟਰੈਵਲ ਕਰ ਰਹੇ ਹੈਗੇ ਆਫਕੋਰਸ ਫਿਰ ਉਸ ਬੰਦੇ ਨੂੰ ਮਿਲ ਸਕਦੇ ਹੈਗੇ ਜਾਂ ਪਰਸਨ ਨੂੰ ਮਿਲ ਸਕਦੇ ਹੈਗੇ ਜੇ ਨਹੀਂ ਤਾਂ ਫਿਰ ਯੂਜਲੀ ਵੀਡੀਓ ਕਾਨਫਰੰਸਿੰਗ ਇੰਟਰਨੈਟ ਦੇ ਥਰੂ ਵੈਬ ਕੈਮਰਾ ਦੇ ਥਰੂ ਇੰਟਰਨੈਟ ਕਾਨਫਰੰਸਿੰਗ ਹੁੰਦੀ ਹੈਗੀ ਜਿੱਥੇ ਤੁਸੀਂ ਐਟਲੀਸਟ ਟਰੈਵਲ ਕਰਕੇ ਖਰਚਾ ਕਰਨ ਦੀ ਬਜਾਏ ਉਹਨਾਂ ਨੂੰ ਇੱਕ ਵਾਰੀ ਇੰਟਰਨੈਟ 'ਤੇ ਗੱਲ ਕਰ ਲਓ ਉਹਨਾਂ ਨਾਲ ਲਾਈਵ ਵੈਬ ਕੈਮਰਾਸ ਦੇ ਥਰੂ ਅਤੇ ਤੁਹਾਨੂੰ ਪਤਾ ਚੱਲੇ ਕਿ ਉਹ ਪਰਸਨ ਦੀ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਦੀ ਹੈਗੀ ਗੱਲ ਕਿਸ ਤਰ੍ਹਾਂ ਕਰਦੇ ਹੈਗੇ ਫਿਰ ਉਸ ਤੋਂ ਅੱਗੇ ਜੇ ਤੁਹਾਨੂੰ ਲੈ ਕੇ ਜਾਣਾ ਹੈਗਾ ਯੂ ਕੈਨ ਐਡਵਾਂਸ ਇਟ ਅ ਲਿਟਲ ਫਰਦਰ ਨਾਓ ਆਲਸੋ ਵੈਨ ਯੂ ਆਰ ਡੂਇੰਗ ਆਲ ਆਫ ਦਿਸ ਆਫਕੋਰਸ ਫੈਮਲੀ ਦਾ ਇਸ ਦੇ ਅੰਦਰ ਕਾਫੀ ਵੱਡਾ ਰੋਲ ਹੈਗਾ ਫੈਮਲੀ ਦਾ ਇਸ ਦੇ ਅੰਦਰ ਕਾਫੀ ਯੂ ਨੋ ਆਫਕੋਰਸ ਸਾਡੇ ਕਲਚਰ ਅੰਦਰ ਫੈਮਲੀ ਹੈਜ਼ ਅ ਹਿਊਜ ਸੇ ਕਿ ਤੁਸੀਂ ਕਿਸ ਦੇ ਨਾਲ ਵਿਆਹ ਕਰ ਰਹੇ ਹੋ ਇਹ ਤਾਂ ਹੈ ਨਹੀਂ ਕਿ ਉਹ ਕਹਿਣਗੇ ਕਿ ਠੀਕ ਹੈ ਅਸੀਂ ਮੁੰਡਾ ਕੁੜੀ ਲੱਭ ਲਿੱਤੇ ਹੈਗੇ ਅਸੀਂ ਵਿਆਹ ਕਰ ਰਹੇ ਹਾਂ ਤੋ ਆਫਕੋਰਸ ਫੈਮਲੀ ਵਾਂਟਸ ਟੂ ਟਾਕ ਟੂ ਯੂ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਮੇਨ ਫੋਕਸ ਜਿਹੜਾ ਹੈਗਾ ਉਹ ਜਿਹੜੇ ਜਿਨ੍ਹਾਂ ਨੇ ਵਿਆਹ ਕਰਨਾ ਹੈ ਉਹਨਾਂ 'ਤੇ ਹੈਗਾ ਪਰ ਅਗਰ ਫੈਮਲੀ ਕਾਲ ਕਰਕੇ ਮਦਰ ਜਾਂ ਫਾਦਰ ਜਾਂ ਅੰਕਲ ਭੂਆ ਚਾਚੀ ਜਿਹੜੇ ਵੀ ਕਾਲ ਕਰਕੇ ਕਹਿਣ ਕਿ ਸਾਨੂੰ ਮੁੰਡੇ ਨਾਲ ਗੱਲ ਕਰਨੀ ਜਾਂ ਮੁੰਡੇ ਦੀ ਫੈਮਲੀ ਨਾਲ ਗੱਲ ਕਰਨੀ ਹੈਗੀ ਤੁਸੀਂ ਉਹਨਾਂ ਨੂੰ ਕਨੈਕਟ ਕਰਾਉਂਦੇ ਹੋ ਜਾਂ ਯੂ ਲੀਵ ਇਟ ਅਪ ਟੂ ਕਿ ਮੁੰਡੇ ਔਰ ਕੁੜੀ ਦੀ ਰਿਸਪੋਂਸੀਬਿਲਿਟੀ ਹੈ ਉਹ ਫਿਰ ਆਪਣੇ parents nu duje parents nal milan e tusi kis tarah karte this exactly the last thing you said that you know we really do look at to the individual to bring their families in okay you know for the reasons we talked about before that you know that it is the individual's responsibility then and you know they should bring their family in at whatever stage they want to and we're talking with parents about the process we want them to be very comfortable with how we're going about things but we do let the individual bring their family into the whole thing okay does bina da kehna hai ga ki usually unna di jehde introductions hunde hege munde kudiyan di ikatti ik duje nal hundi hegi to prefer karde hege ki jadon munde kudiya ik duje nal comfortable hege fir oh agge apne parents nu bhi introduce karan par let me ask you does bina je tanu pehla contact karan wale suppose kudi ya munde de maapyo sige kya unna de relatives ya friends sige te tusi eh samajhde ho ki ਉਹਨਾਂ ਨੂੰ ਵੀ ਤੁਸੀਂ ਸ਼ੁਰੂ ਅੰਦਰ ਇਨਵੋਲਵ ਕਰਾਓ ਤਾਂ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪ੍ਰੋਸੈਸ ਕੀ ਹੈਗਾ ਕਿਉਂਕਿ ਕਈਆਂ ਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਯੂ ਨੋ ਵਟ ਮੈਂ ਨਹੀਂ ਚਾਹੁੰਦੀ ਕਿ ਮੇਰੀ ਕੁੜੀ 10 ਮੁੰਡਿਆਂ ਨਾਲ ਮੁੰਡਿਆਂ ਨੂੰ ਮਿਲੇ ਔਰ ਫਿਰ ਜਾ ਕੇ ਡਿਸਾਈਡ ਕਰੇ ਕਿ ਇਸ ਦੇ ਨਾਲ ਵਿਆਹ ਕਰਨਾ ਹੈ ਯੂ ਨੋ ਅਗਰ ਇੱਕ ਮੁੰਡਾ ਉਹਨਾਂ ਨੂੰ ਮਿਲ ਰਿਹਾ ਹੈ ਦੇ ਵਾਂਟ ਟੂ ਨੋ ਕਿ ਉਹ ਕਿਹਨੂੰ ਮਿਲ ਰਹੀ ਕਿਸ ਦੇ ਨਾਲ ਗੱਲ ਕਰ ਰਹੀ ਹੈਗੀ ਤਾਂ ਹਾਊ ਡਸ ਦੈਟ ਵਰਕ ਦੈਨ ਡੂ ਯੂ ਯੂ ਨੋ ਡੂ ਯੂ ਲੈਟ ਦਮ ਨੋ ਵਟਸ ਗੋਇੰਗ ਔਨ Well, you know, frankly, I think, you know, we are in a culture where families are close. Yeah. And I think that for that reason, I think that the individual should go ahead and have that, you know, and bring that mother. So, yes, we do speak with the mother or the father or the sibling
initially to before starting the process, but we then immediately take it to the individual and deal directly with the individual. Of course. And then if the if the family wants to know anything about any of the people they're meeting, we encourage our clients to speak, and our clients are the individuals, and that's where that difference is. That's, in terms of my past life as a lawyer, our client is the individual in this sense. And so we do ask the client to share with their family whatever they're comfortable and what they want to. And it's a close family, then the parents should be comfortable, or the children should be comfortable sharing that with the family, and not coming to a third person. I'm not family. So not come to me, but come directly to your child and talk to them about it, or, And so that is something that we do ask. We are happy to go through the process and make people comfortable, but not talk about specifics, because that, yes. That, okay. So another kehna hai ki usually jadon agar suppose parents inna nu contact karke kehnde ki assi kisi nu lab rahe apne bachiyan waste, te ek vari oh ho jaye te of course jede bacche hai ke tuhade oh directly inna naal gal karange, par je tuhanu agge hor information chahidi hegi ki kis tarah progress chal reha hai ga, oh kis nu mile hege ya nahi. It's good और अच्छा है कि अगर तुसी ये conversation अपने बच्चियाँ नाल करो, क्योंकि उना दे through तानु ज़्यादा feedback मिलेगी। ए नहीं हैगा कि उना ने हर गल जाके जसबीना नु दसनी हैगी कि मैं उस बंदे नाल गल कीती सी, उना नु मिली सी, या जो भी गल हैगी उना ने हर गल ते आके इना नु नहीं दसनी हैगी। तो इट्स बैटर कि तुसी डायरेक्टली अपने बच्चियाँ नाल गल करो और उना नु पुछो कि उना दा प्रोग्रेस कितने तक हैगा, डू दे लाइक द पर्सन, यू नो हाउ इज इट गोइंग। सो ट्राई कि जितना हो सके तुसी अपने बच्चियाँ नाल थोड़ा ओपन हो और इन्फॉर्मेशन उना तो take it out of them, so it's a little better. Let's take a few calls, and then I want to know what age groups do you also talk to. Hi, you're on the air now. Hello. Hello. Hanji. Okay, if I'm talking to you, I don't know if I'm talking to you or to Gurpreet. I just want to ask her, the lady who's answering the question, Mrs. Aluwalia. Miss Why she's answering everything in English when most of the people don't understand her language? Well, you know what? I'll let her answer that, actually, since you're asking the question directly to her. She wants, well, you understood what she said. Yes. Well, I apologize. I actually understand Hindi and Punjabi, but I do not speak it well, and that is exactly why. So I apologize if there's less understanding. We're trying to translate all the calls for her as much as I can. I'm trying to translate them over for you. Thank you. Hi, you're on the air now. ਹਾਂਜੀ ਗੁਰਮੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਸੋ ਅੱਜ ਅਸੀਂ ਤੁਹਾਡਾ ਕਿਹੜਾ ਕੁਐਸਚਨ ਆਨਸਰ ਕਰ ਸਕਦੇ ਮੇਰਾ ਕੁਐਸਚਨ ਹੈ ਕਿ ਪਲੀਜ਼ ਕੈਨ ਯੂ ਗਿਵ ਮੀ ਦ ਜਸਪ੍ਰੀਨ ਆਲੂਵਾਲੀਆ ਦ ਨੰਬਰਸ ਐਂਡ ਦੈਨ ਆਈ ਕੈਨ ਟਾਕ ਵਿਦ ਹਰ Sure. If Jaspina, do you want to disclose? Tanu hone apna number dena hai ka? Sure. Okay, go ahead. Oh, Tanu, aap hi apna number de dende hai ge? Go ahead. Acha. And please, can you give me the number and then we can with Okay, it's 650-814-8091. I'm going to have you repeat that again. Sure, and again, that's area code 650-814-8091, and also that number is on our website as well. If you forget it, you do ahead and just go to www.intersectionsmatch.com to the contact us, and that we'll have our email as well as our phone number. Okay. And you, Gurmeet, I can't understand the phone number. Is I just hear 814-8091. Go ahead. I'm sorry. Go ahead. That's okay. Say you have to say it louder. It's